आई सी कि आई क्या सी बिट्टू जी आई क्या सी बे इन्ने लगन गए इन्हों नू होर चा चढ़ गया ये तो कहते जी हूं लेने तो दस भी किलोमीटर का पिंड है कहते नहीं 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 कोई नहीं तुम टाइम ले लो परसों नू मीटिंग होगी फिर कैबिनेट की नैक्सट मीटिंग परसों कैबिनेट की नैक्सट मीटिंग परसों उदों तक तुम अरेंज कर लो ये कहते भी तो गल ही कोई नहीं चलो कोई परसों मिल लेंगे परसों आ गए जी तो उत्थे उन्हों का जोड़ा भतीजा सीगा वो कहता आओ जी फिर गड्डी चलीए थोड़ी नौकरी का टाइम आ गया गड्डी ये कहते गड्डी तो बहुत दूर खड़ी है ये ना कहते हिसाब किताब कर कितने करा कहीं इतनी कर लें एड्डी दूर कड़ी जाना कहते नहीं फिर थोड़ा हिसाब किताब है कहते मेरी जेब च ही है वो हैरान हो गया भी ऐला कित जेब च ही आ जाता हूं ये कहते मेरी जेब च ही है जो इन्होंने दिखाया आम सुधारण घर तो जी वह भी बहुत ज्यादा है इतने लोग ठीकरियां नहीं गिणते इन जिन्या वो कहते इन्ना कुछ भी नहीं हों तो इन्होंने जो दिखाया वह कहें भी खड़ जाओ इतने उस तो बाद उन्होंने अंदर सी एम साहब दस्या चन्नी साहब चन्नी साहब बहर आके इन्हों कहें कि थोड़ा मुंडा ओलंपिक खड़े से काफी होर खड़े से मेरे दो तीन दोस्त भी आए हैं भी खड़े से इतने बहरों एकदम तेरा मुंडा बहुत ओलंपिक खेडा गोल्ड मैडल जीता है तेन मैं नौकरी दे दवा मतलब नौ काफी कुछ बोले हो असि ठंडे हो गए मैं इस चीज ते चन्नी साहब ने इस जगह ते तो इलाके के जो साम एल ए भी कोल खड़े से बलबीर सिंह सिद्धू तुम सारे जो उन्होंने पूछ लो कि यह घटना हुई सी नहीं हुई सी उदो जो उठ के आए बहर देखो मैं सी एम साहब ने सारा कुछ दसता हाँ जी वो दसता जो जशन ने कह दो दो लख लेके आ गए एक गल उदो किसी ने डिस्कलोज ता नहीं की भी साढ़े लिए देखो भी तीन साल तो घस रहे थे भी आ की चीज है दो साल तो लगातार ਜਿਹੜੀ ਡਿਜ਼ਰਵ ਕਰਦੀ ਹੈ ਜਿਹੜੀ ਮੈਂ ਹੁਣ ਦੇਊਂਗਾ ਪੋਸਟ ਤਾਂ ਉਹੀ ਹੈ ਨਾ ਜੀ ਪੀਪੀਐਸਸੀ ਲਈ ਸਪੋਰਟਸ ਕੋਟੇ ਚੋਂ ਪੀਪੀਐਸਸੀ ਦਾ ਜਿਹੜਾ ਕਲੀਅਰਡ ਹੈ ਉਹਨੂੰ ਜਿਹੜੀਆਂ ਪੋਸਟਾਂ ਮਿਲਣਗੀਆਂ ਅਸੀਂ ਸਪੋਰਟਸ ਡਿਪਾਰਟਮੈਂਟ ਤੇ ਹੋਮ ਡਿਪਾਰਟਮੈਂਟ ਨਾਲ ਗੱਲ ਕਰਾਂਗੇ ਅਸੀਂ ਤਾਂ ਦੇਵਾਂਗੇ ਪਰ 3.5 ਸਾਲ ਹੋ ਗਏ ਜੀ ਕਿ ਆਹ ਚੀਜ਼ ਸਾਡੇ ਜ਼ਿੰਦਗੀਆਂ ਬਰਬਾਦ ਕਰ ਦੂਗੀ ਚੰਨੀ ਸਾਹਿਬ ਨੇ ਜਾ ਕੇ ਸਹੁੰ ਖਾਧੀ ਸੀ ਹੁਣ ਵੀ ਪਲੇਅਰ ਪੇਸ਼ ਕਰੋ ਆ ਲਓ ਜੀ ਪਲੇਅਰ ਝੂਠ ਬੋਲਦੇ ਨੇ ਇਹ ਪਰਿਵਾਰ ਭਗਤਾਂ ਦਾ ਪਰਿਵਾਰ ਮੰਨਿਆ ਜਾਂਦਾ ਇਹ ਪਿੰਡਾਂ 'ਚ ਇਹਨਾਂ ਨੂੰ ਕਹਿੰਦੇ ਨੇ ਭਗਤ ਦਾ ਪਰਿਵਾਰ ਰੱਬ ਨੂੰ ਮੰਨਣ ਵਾਲੇ ਸੇਵਾ ਕਰਨ ਵਾਲੇ ਲੋਕ ਨੇ ਦੋਹੇ ਟਾਈਮ ਸਰਬੱਤ ਦਾ ਭਲਾ ਮੰਗਣ ਵਾਲਾ ਪਰਿਵਾਰ ਹੈ ਇਹਨਾਂ ਨੂੰ ਕੀ ਪਤਾ ਸੀਗਾ ਵੀ ਇਹਦਾ ਮਤਲਬ ਕੋਈ ਹੋਰ ਹੁੰਦਾ ਉਹ ਕਹਿੰਦਾ ਵੀ ਇਹਦਾ ਮਤਲਬ 2 ਕਰੋੜ ਸੀਗਾ ਗੱਡੀ ਚੱਕ ਕੇ ਸਾਫ਼ ਹੋਊ ਇਹ ਕਹਿੰਦੇ ਮੇਰੀ ਜੇਬ 'ਚ ਹੈ ਉਹ ਕਹਿੰਦੇ ਜੇਬ 'ਚ ਆ ਹੀ ਨਹੀਂ ਸਕਦਾ ਜਿਹੜਾ ਅਸੀਂ ਚਾਹੁੰਦੇ ਹਾਂ ਠੀਕ ਹੈ ਜੀ ਜਸ਼ਨ ਨਾਂ ਦਾ ਭਤੀਜਾ ਕੋਈ ਹੋਊਗਾ ਚੰਨੀ ਸਾਹਿਬ ਨੂੰ ਮੈਂ ਫੇਰ ਮੌਕਾ ਦੇ ਦਿੰਦਾ ਜਸ਼ਨ ਬਾਰੇ ਪੁੱਛ ਲਿਆ ਹੁਣ ਕੌਣ ਆ ਹਾਲਾਂਕਿ ਚੰਨੀ ਸਾਹਿਬ ਨੇ ਕਿਹਾ ਮੈਂ ਸਾਰੇ ਰਿਸ਼ਤੇਦਾਰਾਂ ਨੂੰ ਪੁੱਛ ਲਿਆ ਇਹਦਾ ਮਤਲਬ ਕੰਮ ਕਰਦੇ ਸੀ ਉਹ ਨਾ ਪੁੱਛਣ ਦੀ ਲੋੜ ਕਿਵੇਂ ਪੈ ਜਾਏ ਜੇ ਕੋਈ ਇਹੋ ਜਿਹੀ ਹਿੰਮਤ ਕਿਹਦੀ ਪੈ ਜਾਏ ਵੀ ਮੈਂ ਆਪ ਹੀ ਦੇਵੇ ਜਵਾਬ ਕਿ ਕਿਸੇ ਰਿਸ਼ਤੇਦਾਰ ਦੀ ਹਿੰਮਤ ਨਹੀਂ ਪੈ ਸਕਦੀ ਕਦੇ ਮੈਂ ਪੁੱਛ ਲਿਆ ਸਾਰਿਆਂ ਨੇ ਵੀ ਤੂੰ ਤੁਸੀਂ ਤਾਂ ਨਹੀਂ ਸੀ ਕਿਤੇ ਪਲੇਅਰ ਵਾਲੇ ਮਾਮਲੇ 'ਚ ਇਹਦਾ ਮਤਲਬ ਹੋਰ ਮਾਮਲੇ ਤਾਂ ਹੋਣਗੇ ਉਹ ਸੋ ਮੈਂ ਸੱਚ ਬੋਲਦਾ ਜੀ ਮੈਂ ਕੋਈ ਮਾਫੀਆ ਨਹੀਂ ਕ੍ਰੀਏਟ ਕਰਨਾ ਨਾ ਹੀ ਮੇਰਾ ਇਹਨਾਂ ਨਾਲ ਕੋਈ ਪੁਰਾਣਾ ਕੋਈ ਮੇਰੇ ਇਹਨਾਂ ਨਾਲ ਮੁਰਗੀਖਾਨੇ ਸਾਂਝੇ ਨੇ ਮੈਨੂੰ ਤਾਂ ਪਲੇਅਰ ਮੇਰੇ ਕਿੱਥੇ ਮਿਲੇ ਸੀਗੇ ਜਸਿੰਦਰ 19 ਤਰੀਕ ਨੂੰ ਅਸੀਂ ਜਿੱਥੇ ਸਾਡੀ ਸਟੇ ਸੀਗੀ ਟੀਮ ਦੀ ਰੈਡੀਸਨ ਬਲੂ ਹੋਟਲ ਸੀਗਾ ਉੱਥੇ ਸਰ ਜਾਣ ਲੱਗੇ ਸੀਗੇ ਮੈਂ ਕਾਫੀ ਦੂਰ ਖੜਾ ਸੀਗਾ ਤੇ ਸਰ ਬਹਿ ਗਏ ਸੀਗੇ ਗੱਡੀ 'ਚ ਤੇ ਮੈਂ ਇਸ਼ਾਰਾ ਕੀਤਾ ਸੀਗਾ ਮਤਲਬ ਐਗਜੈਕਟਲੀ ਇੱਦਾਂ ਕੀਤਾ ਸੀਗਾ ਤੇ ਸਰ ਭੱਜ ਕੇ ਆ ਗਏ ਇਕੱਲੇ ਹੀ ਤੇ ਉਦੋਂ ਮੈਂ ਸਰ ਤੋਂ ਕਿਹਾ ਕਿ ਸਰ 2-4 ਮਿੰਟ ਚਾਹੀਦੇ ਸੀਗੇ ਤੁਹਾਡੇ ਮੈਂ ਬੇਨਤੀ ਕਰਨੀ ਸੀਗੀ ਇੱਕ ਤੇ ਫਿਰ ਉਦੋਂ ਸਾਰਾ ਦੱਸਿਆ ਤੇ ਜੋ ਸਰ ਨੇ ਕਿਹਾ ਮੈਂ ਉਵੇਂ ਹੀ ਦੱਸਿਆ ਤੇ ਸਰ ਨੇ ਅੱਗੇ ਰੱਖਿਆ ਇੱਕ ਦੌਰ ਦੇ ਵਿੱਚ ਚੰਨੀ ਹੁਣਾਂ ਨੇ ਜਿਹਨਾਂ ਤੇ ਐਲੀਗੇਸ਼ਨ ਲਾਏ ਸੀ ਕਿਸੇ ਨੇ ਅਪਰੋਚ ਕੀਤਾ ਤੁਹਾਨੂੰ ਸ਼ਾਇਦ ਉਹਨਾਂ ਨੂੰ ਵੀ ਜਾਣਕਾਰੀ ਜੋ ਕਿ ਕਿਸੇ ਨੇ ਕੀਤਾ ਸੀ ਕਿਸੇ ਨੇ ਕੋਈ ਗੱਲਬਾਤ ਨਹੀਂ ਕੀਤੀ ਜਸਨ ਦਾ ਚੁੱਪ ਰੱਖੀ ਸੀ ਜਦੋਂ ਟਵੀਟ ਕੀਤਾ ਸੀ ਕਿ ਉਸ ਤੋਂ ਬਾਅਦ ਤੁਹਾਨੂੰ ਕੋਈ ਕਾਲ ਜਾਂ ਕੁਝ ਜਰਨਲਿਸਟਾਂ ਦੇ ਫੋਨ ਆਉਂਦੇ ਰਹੇ ਅਨਨੋਨ ਆਉਂਦੇ ਰਹੇ ਜਿਨ੍ਹਾਂ ਚੋਂ ਖੜੇ ਵੀ ਆ ਵਿੱਚ ਤੁਸੀਂ ਕੋਈ ਚੈਨਲ ਵਾਲੇ ਵੀ ਖੜੇ ਆ ਵਿੱਚ ਮੈਂ ਦੇਖ ਰਿਹਾ ਵਿੱਚ ਉਹ ਕਾਨੂੰਨੀ ਕਾਰਵਾਈ ਹੈ ਕੋਈ ਕਿਸੇ ਵੀ ਮਾਮਲੇ 'ਚ ਨੌਕਰੀ ਦੇਣੀ ਹੈ ਜੇ ਉਹ ਬੰਦਾ ਅੱਛਾ ਮੈਂ ਉਹੀ ਨਹੀਂ ਕਹਿੰਦਾ ਜੀ ਹੁਣ ਮੈਂ ਆਹ ਦਿਖਾਊਂਗਾ ਨਾ ਤੁਸੀਂ ਗ੍ਰਹਿ ਵਿਭਾਗ ਦੀਆਂ ਚਿੱਠੀਆਂ ਦੇਖੋ ਜਿਹਦੇ ਵਿੱਚ ਪੁਲਿਸ ਤੇ ਹੋਮ ਡਿਪਾਰਟਮੈਂਟ ਵੀ ਕਹਿੰਦਾ ਕਿ ਸਿੱਧੀ ਭਰਤੀ ਲਈ 3% ਕੋਟਾ ਜਿਹੜਾ ਨੈਕਸਟ ਭਰਤੀ ਦੇ ਵਿੱਚ ਤੁਸੀਂ ਐਲੀਜੀਬਲ ਹੋ
ਫਾਈਲ ਸਾਡੀ ਚੱਲ ਪਈ ਸੀ ਸਾਰੇ ਕਾਗਜ਼ ਪਏ ਨੇ ਇਹਨਾਂ ਕੋਲ ਸਾਰੇ ਕਾਗਜ਼ ਤੋੜ ਲਈ ਸੀ ਉਹਨਾਂ ਨੇ ਫਾਈਲ ਤੁਰ ਪਈ ਸੀ ਡਾਕੂਮੈਂਟਸ ਨੇ देखो ये जेडे तुहाडे सामने बैठे है रिटर्न नहीं होंदा जो टीवी ते आके इन्होंने दसता मैं तो आड़े सामने एक बार तस्दीक करा दिना कि जो मैं बोलिया जसिंदर तो उन्होंने पिता जी बैठे जो मैं बोलिया कोई अमेंडमेंट या कुछ गलत गल कही जो सीएम साहब ने बोलिया इन बिन साड़ी आवाज बोली जी साडा काम है ना हुण ओता साडा काम है पर नॉट ओनली कार्रवाई डिजर्विंग प्लेयर नौकरी क्यों नहीं मिली ਇਹਦੇ ਵਾਸਤੇ ਅਫਸਰਾਂ ਹਾਲਾਂਕਿ ਅਫਸਰਾਂ ਤਾਂ ਦੱਸਿਆ ਇਹਨਾਂ ਨੇ ਕੋਈ ਉਹਨਾਂ ਨੂੰ ਤਾਂ ਪੜ੍ਹ ਕੇ ਸੁਣਾਤਾ ਸੀ ਐਲੀਜੀਬਲ ਕੇਸ ਹੈ ਜੀ ਪ੍ਰੋਬਲਮ ਅਫਸਰਾਂ ਦੀ ਨਹੀਂ ਹੁੰਦੀ ਅਫਸਰ ਤਾਂ ਜੋ ਕਹੂਗਾ ਉਹ ਕਰ ਦਿੰਦੇ ਨੇ ਪ੍ਰੋਬਲਮ ਇੱਥੇ ਭਤੀਜੇ ਭਾਣਜੇ ਜੁਆਈ ਭਾਈ ਸਾਲੇ ਹੈ ਨਾ ਉਹਨਾਂ 'ਤੇ ਪੰਗਾ ਪੈਂਦਾ ਹੁਣ ਉਹਦੇ ਕੋਲ ਕਿਹੜੀ ਕੰਸਟੀਟਿਊਸ਼ਨ ਪੋਸਟ ਸੀ ਐਂ ਕਹਿਣ ਵਾਲੇ ਕੋਲ ਪੋਸਟ ਦਿੱਤੀ ਗਈ ਨਾ ਉਹਨੂੰ ਪਹਿਲੀ ਗੱਲ ਤਾਂ ਜੇ ਨੌਕਰੀ ਦੇਣੀ ਸੀ ਐਲੀਜੀਬਲ ਹੈ ਭਾਈ ਲਿਆਓ ਬਈ ਹੁਸਨ ਲਾਲ ਜੀ ਰਿਕਮੈਂਡ ਕਰੋ ਅਗਲੀ ਗਵਰਨਮੈਂਟ 'ਚ ਲੈ ਕੇ ਖਤਮ ਕਰੋ ਇਹਨੂੰ ਮਾਮਲੇ ਉਹਨੇ ਉਹ ਉੱਧਰ ਕਿਉਂ ਭੇਜਿਆ ਵੀ ਉਹ ਉੱਧਰ ਮਿਲ ਲਾ ਅਤੇ ਫਿਰ ਉਹਨੇ ਜਿਸ ਦਿਨ ਮਿਲੇ ਤੀਜੇ ਦਿਨ ਉਹਦੇ ਉਹ ਕਿਹਾ ਕਿ ਗੱਡੀ 'ਚ ਜਾਂਦੇ ਹਾਂ ਉਹ ਕੀ ਕਹਿੰਦੇ ਇੱਥੇ ਹੀ ਕਰ ਲੈਂਦੇ ਆਪਾਂ ਸਾਹਿਬ ਉਹ ਮੇਰੀ ਜੇਬ 'ਚ ਹੀ ਹੈ ਤੁਸੀਂ ਤਾਂ ਹੁਣ ਜੇਲ੍ਹ ਵੀ ਕਲੀਅਰ ਕਰਾਉਣ ਕਰਦੇ ਹੋ ਥੋੜ੍ਹਾ ਟਾਈਮ ਤਾਂ ਦਿਓ ਨਾ ਹੁਣ ਪਹਿਲਾਂ ਆਹ ਤਾਂ ਕਲੀਅਰ ਕਰਤਾ ਨਾ ਤੁਸੀਂ ਕਹਿੰਦੇ ਸੀ ਆਊਗਾ ਪਲੇਅਰ ਜਾਂ ਨਹੀਂ ਕਾਊਂਟਡਾਊਨ ਸ਼ੁਰੂ 27 ਮਿੰਟ 29 ਸੈਕਿੰਡ ਰਹਿ ਗਏ ਐਂ ਇੱਦਾਂ ਨਹੀਂ ਕਰੀਦਾ ਹੁੰਦਾ ਕਾਲ ਹੀ ਨਹੀਂ ਕਰੀਦੀ ਹੁੰਦੀ ਮੈਂ ਪਹਿਲਾਂ ਵੀ ਕਹਿੰਦਾ ਆਰਾਮ ਨਾਲ ਅੰਦਰ ਜਾਣਗੇ ਸਾਰੇ ਹੀ ਜਾਣਗੇ ਪਰ ਮੈਂ ਆਪਣੇ ਵੱਲੋਂ 31 ਮਈ 2 ਵਜੇ ਦਾ ਟਾਈਮ ਤਾਂ ਦਿੱਤਾ ਸੀ ਹੋ ਸਕਦਾ ਚੰਨੀ ਸਾਹਿਬ ਨੂੰ ਅਹਿਸਾਸ ਹੋ ਜੇ ਕਿਤੇ ਐਂ ਕਹਿ ਦੇਣ ਹਾਂ ਯਾਰ ਭੀੜ 'ਚ ਮੈਥੋਂ ਕਿਤੇ ਕਿਹਾ ਗਿਆ ਹੋਣਾ ਪਰ ਜਾ ਕੇ ਸਹੁੰ ਚੁੱਕ ਲਈ ਕਤਲਗੜ੍ਹ ਸਾਹਿਬ ਅਤੇ ਜੇ ਮਾਫ਼ੀ ਮੰਗਣੀ ਹੈ ਮੈਂ ਨਹੀਂ ਹੈਗਾ ਮੈਂ ਕੌਣ ਆ ਮਾਫ਼ ਕਰਨ ਨਾਲ ਮਾਫ਼ੀ ਉੱਥੋਂ ਹੀ ਮੰਗੋ ਗੁਰੂ ਦੇ ਦਰ 'ਚੋਂ ਮਾਫ਼ੀ ਉੱਥੋਂ ਹੀ ਮੰਗੋ ਵੱਡੇ ਸਾਹਿਬ ਜਦੋਂ ਧਰਤੀ ਤੋਂ ਜਿੱਥੇ ਤੁਸੀਂ ਜਾ ਕੇ ਸਹੁੰ ਚੁੱਕੀ ਹੈ ਕਿ ਮੈਂ ਕਿਸੇ ਖਿਡਾਰੀ ਨੂੰ ਨਹੀਂ ਮਿਲਿਆ ਇੱਕ ਮਿੰਟ ਮੈਂ ਕਿਸੇ ਖਿਡਾਰੀ ਨੂੰ ਜੋ ਉਹਦੇ ਬਾਪ ਨੂੰ ਨਹੀਂ ਮਿਲਿਆ ਅੱਜ ਹੈ ਜੀ ਤੁਹਾਨੂੰ ਕੌਣ ਲੱਗਦਾ ਹੈ ਜੀ ਜ਼ਿਲ੍ਹਾ ਸਿਵਲ ਹਸਪਤਾਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਨੀਂਹ ਪੱਥਰ ਸਾਹਿਬਜ਼ਾਦਾ ਚੰਨ ਸਿੰਘ ਚੰਨੀ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਸ੍ਰੀ ਓ ਪੀ ਸੋਨੀ ਲਓ ਮਾਨਯੋਗ ਉਪ ਮੁੱਖ ਮੰਤਰੀ ਪੰਜਾਬ ਅਤੇ ਸਰਦਾਰ ਬਲਵੀਰ ਸਿੰਘ ਸਿੱਧੂ MLA SAS ਨਗਰ ਦੀ ਹਾਜ਼ਰੀ 'ਚ ਮਿਤੀ 9/11/2021 ਨੂੰ ਆਪਣੇ ਘਰ ਕਮਲਾਂ ਨਾਲ ਕੀਤਾ ਗਿਆ ਹੈ ਇਹ ਉੱਥੇ ਦੀ ਫੋਟੋ ਹੈ ਜੀ ਸੋਨੀ ਸਾਹਿਬ ਦੀ ਵੀ ਨਾਲ ਹੀ ਹੈ ਹਾਂਜੀ ਸੋਨੀ ਸਾਹਿਬ ਦੀ ਵੀ ਨਾਲ ਹੈ ਫੋਟੋ ਵਿੱਚ ਸੋਨੀ ਸਾਹਿਬ ਦੀ ਨਾਲ ਹੀ ਹੈ ਇਹ ਕਿਸੇ ਨੇ ਖਿੱਚੀ ਹੈ ਜਰਨਲਿਸਟ ਇਹ ਕਿਸੇ ਨੇ ਖਿੱਚੀ ਹੈ ਫੋਟੋ ਕਿਉਂਕਿ ਸਾਡੀ 10 ਮਿੰਟ ਮੀਟਿੰਗ ਹੋਈ ਲਗਾਤਾਰ ਉੱਥੇ ਖੜ ਕੇ ਪਹਿਲਾਂ ਵੀ ਹੋ ਚੁੱਕੀ ਸੀ ਜਿਹੜੀ ਸੁਣੀ ਗਈ ਹੈਗੀ ਆ ਸਿੱਧੂ ਨੇ ਤਾਂ ਜਵਾਬ ਹੀ ਦਿੱਤਾ ਕਹਿੰਦਾ ਮੇਥੋਂ ਤਾਂ ਹੋਣਾ ਨਹੀਂ ਕੰਮ ਇਹ ਇਹ ਵੀ ਦੱਸਦੇ ਨੇ ਸੀਗੇ ਬਲਵੀਰ ਸਿੱਧੂ ਨੂੰ ਕਹਿੰਦਾ ਸੀ ਭਰਾਵਾ ਇੱਧਰ ਹੀ ਸਿੱਧਾ ਕਰ ਲਓ ਇਹਨਾਂ ਦੇ ਰੇਟ ਹੋਰ ਸਿੱਧੂ ਸਾਹਿਬ ਨੇ ਹੱਥ ਖੜੇ ਕਰਤੇ ਸੀ ਕਿ ਜਦੋਂ ਆਏ ਮਤਲਬ ਉਹਨਾਂ ਨੂੰ ਪਤਾ ਨਹੀਂ ਲੱਗਿਆ ਜਦੋਂ ਮੇਰੀ ਨੌਨਸੈਂਸ ਟਾਕ ਕੀਤਾ ਉਹਨਾਂ ਨੇ ਆ ਕੇ ਉਹ ਵੀ ਆ ਕੇ ਇੱਕ ਮਿੰਟ ਜੀ ਉਹ ਵੀ ਹੈਰਾਨ ਹੋ ਗਏ ਵੀ ਇਹ ਹੋਇਆ ਕੀ ਹੈ ਕੋਰੀਡੋਰ ਦੇ ਵਿੱਚ ਆ ਕੇ ਉੱਥੇ ਸਾਹਮਣੇ ਦੋ ਕਮਰੇ ਜਿਹੜੇ ਹੈਗੇ ਉਹਦੇ ਇੱਥੇ ਆਏ ਸੀਗੇ ਜੀ ਤੁਸੀਂ ਇਹਨਾਂ ਦੀ ਵੀ ਸ਼ੂਟਿੰਗ ਕਰਦੇ ਇੱਥੇ ਘਟਨਾ ਵਾਲੀ ਸਥਾਨ ਵੀ ਦਿਖਾ ਦਿਓ